में क्या किया है। मौलवी साइंस के खिलाफ होते हैं, बाबा जी ने कहने लगा मौलवी साइंस के खिलाफ होते हैं। बाबा जी ने कहा मेरे दस पाकिस्तान सब नो बड़ा साइंसदान कौन है, सब नो बड़ा साइंसदान कौन है। उन्हें कहा जी पाकिस्तान सब नो बड़ा साइंसदान उस टाइम डॉक्टर अब्दुल कदीर खान साहब नवर अल्लाह उमर कदउ हयात सन। उन्हें कहा डॉक्टर अब्दुल कदीर खान साहब आपने फरमाया उस पाबंदे सलासिल उस नजरबंद किसने किया होया। उन्हें कहा जी हुकूमत ने किया। फरमाया पाकिस्तान का सब नो बड़ा साइंसदान होवे मौली खादिम पगड़ी बन के दुनिया के हर मेंबर दे उते उसका नाम ले रहा होवे और तुसी उस बंद करके अंदर रखा होवे ते फिर असी साइंस के खिलाफ हां, ਅਸੀਂ ਸਾਇੰਸ ਦੇ ਖਿਲਾਫ ਹਾਂ, ਅਸੀਂ ਟੈਕਨੋਲੋਜੀ ਦੇ ਖਿਲਾਫ ਹਾਂ, ਅਸੀਂ ਬਾਇਓਲੋਜੀ ਦੇ ਖਿਲਾਫ ਹਾਂ, ਅਸੀਂ ਉਸ ਸਾਇੰਸ ਦੇ ਖਿਲਾਫ ਹਾਂ ਜਿਹੜੀ ਇਸਲਾਮ ਦੇ ਖਿਲਾਫ ਹੈ, ਅਸੀਂ ਉਹ ਹਰ ਉਸ ਚੀਜ਼ ਦੇ ਹਾਮੀ ਹਾਂ ਜਿਹੜਾ ਇਸਲਾਮ ਦੇ ਤਾਬੇ ਹੋ ਕੇ ਚੱਲੇਗੀ ਜਿਹੜੀ ਇਸਲਾਮ ਦੇ ਕੰਮ ਆਵੇ। ਇਹਨਾਂ ਡਾਕਟਰ ਅਬਦੁਲ ਕਦੀਰ ਖਾਨ ਸਾਹਿਬ ਨੂੰ ਕਿਉਂ ਪਾਬੰਦ ਸਲਾਸਲ ਕੀਤਾ, ਇਸ ਵਾਸਤੇ ਕਿ ਡਾਕਟਰ ਅਬਦੁਲ ਕਦੀਰ ਖਾਨ ਸਾਹਿਬ ਦੀ ਸਾਇੰਸ ਨੇ ਇਸਲਾਮ ਨੂੰ ਪਾਵਰ ਦਿੱਤੀ। ਜਦੋਂ ਅਸੀਂ ਕਰਾਚੀ ਗਏ ਤੇ ਬਾਬਾ ਜੀ ਨੇ ਡਾਕਟਰ ਸਾਹਿਬ ਦਾ ਹੱਥ ਪਕੜ ਲਿਆ ਔਰ ਚੁੰਮੀ ਜਾਨ ਦੋਵੇਂ ਹੱਥ ਚੁੰਮੀ ਜਾਨ ਤੇ ਉਹ ਕਹਿਣ ਲੱਗਾ ਇੱਥੇ ਬੜੇ ਬੜੇ ਲੋਕ ਮੈਨੂੰ ਮਿਲਣ ਆਏ, ਮੈਨੂੰ ਤਾਂ ਕਿਸੇ ਹਿੱਸੇ ਦੇ ਹਜ਼ਰਤ ਸਲਾਮ ਨਹੀਂ ਲਿਆ। ਹਜ਼ਰਤ ਜੀ ਆਪ ਕੀ ਕਰ ਰਹੇ ਹੈ? ਫਰਮਾਇਆ ਮੈਂ ਇਸ ਵਜ੍ਹਾ ਤੋਂ ਚੁੰਮ ਰਿਹਾ ਕਿ ਹਜ਼ੂਰ ਨੇ ਫਰਮਾਇਆ ਜਿਸਨੇ ਤੀਰ ਬਣਾਇਆ ਉਹ ਵੀ ਜੰਨਤੀ, ਜਿਸਨੇ ਚਲਾਇਆ ਉਹ ਵੀ ਜੰਨਤੀ, ਜਿਸਨੇ ਖਰੀਦਿਆ ਉਹ ਵੀ ਜੰਨਤੀ, ਜਿਸਨੇ ਪਕੜਾਇਆ ਉਹ ਵੀ ਜੰਨਤੀ। ਤੇ ਫਰਮਾਇਆ ਇਹਨਾਂ ਹੱਥਾਂ ਨੇ ਐਟਮ ਬੰਬ ਬਣਾ ਕੇ ਦਿੱਤਾ ਇਸਲਾਮ ਨੂੰ, ਇਹ ਹੱਥ ਜੰਨਤੀ ਨਹੀਂ ਤਾਂ ਹੋਰ ਕਿਹੜੇ? ਕੇਬਲਾਂ ਤੇ ਬਹਿ ਕੇ ਹੁਣ ਜਨਾਬ ਸੁਬਹ ਸ਼ਾਮ ਇੰਜ ਹੋ ਗਿਆ ਇੰਜ ਹੋ ਗਿਆ। ਉਹ ਜੀ ਧੀਆਂ ਦੀ ਇੱਜ਼ਤਾਂ ਉੱਠੀਆਂ ਗਈਆਂ। ਮੈਂ ਕਿਹਾ ਅੱਲਾ ਦੇ ਬੰਦੇ ਹੋ, ਇਕਬਾਲ ਕਹਿੰਦਾ ਧੀਆਂ ਦੀ ਇੱਜ਼ਤ ਹੋਵੇ ਜਾਂ ਮਾਵਾਂ ਦੀ ਇੱਜ਼ਤ ਹੋਵੇ, ਭੈਣਾਂ ਦੀ ਇੱਜ਼ਤ ਹੋਵੇ ਜਾਂ ਕੌਮ ਦੀ ਬੇਟੀਆਂ ਦੀ ਇੱਜ਼ਤ ਹੋਵੇ, ਉਹ ਕੌਮ ਦੀ ਇੱਜ਼ਤ ਦੇ ਸੁਦਾਗਰ ਨਹੀਂ ਇੱਜ਼ਤ ਦਿਵਾ ਸਕਦੇ, ਉਹ ਹਜ਼ੂਰ ਦਾ ਦੀਨ ਦਿਵਾ ਸਕਦੇ। ਸੀਰਤ ਫਰਜ਼ੰਦ ਹਾਜ਼ ਉਮਹਾਤ ਔਰ ਜੋਹਰੇ ਸਿੱਧ ਕੋ ਸਫਾਤ ਉਮਹਾਤ। ਇਕਬਾਲ ਕਹਿੰਦਾ ਓਏ ਹਜ਼ੂਰ ਦਾ ਦੀਨ ਹੀ ਹੈ ਜਿਹੜਾ ਧੀਆਂ ਨੂੰ ਇੱਜ਼ਤ ਦੇ ਸਕਦਾ, ਵਰਨਾ ਹੋਰ ਕਾਇਨਾਤ ਵਿੱਚ ਕੋਈ ਨਿਜ਼ਾਮ ਨਹੀਂ। ਇਹ ਧੀਆਂ ਦੇ ਨਾਂ ਤੇ ਵੱਡੇ ਵੱਡੇ ਬਿੱਲ ਬੋਰਡ ਲਾ ਕੇ ਕਮਾਈਆਂ ਤਾਂ ਕਰ ਸਕਦੇ ਹਨ, ਲੇਕਿਨ ਜਦੋਂ ਉਹਨਾਂ ਦੀ ਇੱਜ਼ਤ ਦੀ ਗੱਲ ਆ ਜਾਵੇ ਫਿਰ ਕੌਮ ਦੇ ਪੁੱਤਰਾਂ ਨੂੰ ਗੋਲੀਆਂ ਮਾਰਨਗੇ, ਉਹਨਾਂ ਦੀ ਇੱਜ਼ਤ ਦੀ ਗੱਲ ਨਹੀਂ ਕਰਨਗੇ। ਉਹਨਾਂ ਨੂੰ ਇੱਜ਼ਤ ਕੌਣ ਦੇ ਸਕਦਾ? ਮੈਂ ਦੱਸਦਾ ਕੌਣ ਦੇ ਸਕਦਾ ਕੌਮ ਦੇ ਇਸਲਾਮ ਧੀ ਨੂੰ ਕਿੰਨੀ ਇੱਜ਼ਤ ਦਿੰਦਾ। ਹਜ਼ਰਤ ਇਮਾਮ ਅਹਿਮਦ ਬਿਨ ਹੰਬਲ ਆਪਣੀ ਮਸਨਦ ਉੱਤੇ ਜਲਵਾ ਕਰਨ ਔਰ ਪਰਦੇ ਦੇ ਪਿੱਛੋਂ ਇੱਕ ਔਰਤ ਆਈ, ਉਹਨੇ ਕਿਹਾ ਇਮਾਮ ਸਾਹਿਬ ਇੱਕ ਮਸਲਾ ਪੁੱਛਣਾ। ਆਪਨੇ ਫਰਮਾਇਆ ਪੁੱਛੋ ਕੀ ਮਸਲਾ? ਉਹਨੇ ਕਿਹਾ ਇਮਾਮ ਸਾਹਿਬ ਮਸਲਾ ਇਹ ਕਿ ਮੈਂ ਸ਼ਾਮ ਦੇ ਟਾਈਮ ਨਾ ਰਾਤ ਦੇ ਟਾਈਮ ਆਪਣੇ ਘਰ ਦੀ ਛੱਤ ਉੱਤੇ ਬੈਠ ਕੇ ਸੂਤ ਕੱਤਦੀਆਂ ਚਰਖੇ ਉੱਤੇ, ਪੁਰਾਣੇ ਜ਼ਮਾਨੇ 'ਚ ਮਾਈਆਂ ਤੁਸੀਂ ਜਾਣਦੇ ਹੋ ਸੂਤ ਕੱਤਦੀਆਂ ਸਨ। ਉਹ ਮਾਈ ਸਾਹਿਬਾ ਕਹਿਣ ਲੱਗੀਆਂ ਮੈਂ ਘਰ ਦੀ ਛੱਤ ਉੱਤੇ ਬਹਿ ਕੇ ਸੂਤ ਕੱਤਦੀਆਂ ਤੇ ਆਪਣਾ ਦੀਆ ਜਲਾ ਕੇ ਸੂਤ ਕੱਤਦੀਆਂ। ਇਸ ਦੌਰਾਨ ਮੇਰਾ ਘਰ ਗਲੀ ਦੇ ਨਾਲ ਹੈ, ਉਸ ਜਨਾਬ ਸ਼ਾਹਰਾਹ ਦੇ ਉੱਤੋਂ ਬਾਦਸ਼ਾਹ ਦੀ ਸਵਾਰੀ ਸ਼ਾਮ ਦੇ ਟਾਈਮ ਗੁਜ਼ਰਦੀ ਆਪਣੇ ਘਰ ਦੀ ਤਰਫ ਜਾਂਦੀ। ਉਸ ਬਾਦਸ਼ਾਹ ਦੀ ਸਵਾਰੀ ਦੇ ਅੱਗੇ ਮਸ਼ਲਾਂ ਔਰ ਰੋਸ਼ਨੀ ਵਾਸਤੇ ਪੁਰਾਣੇ ਜ਼ਮਾਨੇ 'ਚ ਮਸ਼ਲਾਂ ਚੁੱਕਦੇ ਸਨ, ਉਹ ਮਸ਼ਲਾਂ ਜਲ ਰਹੀਆਂ ਹੁੰਦੀਆਂ, ਉਹ ਮਸ਼ਲਾਂ ਹੁੰਦੀਆਂ ਬੁਲੰਦ, ਉਹਨਾਂ ਦੀ ਰੋਸ਼ਨੀ ਮੇਰੇ ਦੀਏ ਦੀ ਰੋਸ਼ਨੀ ਉੱਤੇ ਹਾਵੀ ਆ ਜਾਂਦੀ। ਇਹ ਦੱਸੋ ਉਸ ਦੌਰਾਨ ਜਿਹੜਾ ਮੈਂ ਸੂਤ ਕੱਤਦੀਆਂ ਉਹ ਮੇਰੇ ਵਾਸਤੇ ਹਲਾਲ ਹੈ ਜਾਂ ਹਰਾਮ ਹੈ? ਹਜ਼ਰਤ ਇਮਾਮ ਅਹਿਮਦ ਬਿਨ ਹੰਬਲ ਫਰਮਾਉਂਦੇ ਨੇ ਮੈਂ ਆਪਣੇ ਮਸਲਤ ਤੇ ਹਿਲ ਕੇ ਰਹਿ ਗਿਆ। ਮੈਂ ਕਿਹਾ ਮਾਈ ਸਾਹਿਬਾ ਤੁਸੀਂ ਕੌਣ ਹੋ, ਤੁਸੀਂ ਕੌਣ ਮਸਲਾ ਪੁੱਛ ਰਹੀ ਹੋ? ਉਹਨਾਂ ਕਿਹਾ ਮੈਂ ਬਿਸ਼ਰੇ ਹਾਫੀ ਦੀ ਭੈਣ ਹਾਂ, ਬਿਸ਼ਰੇ ਹਾਫੀ ਦੀ ਭੈਣ ਹਾਂ। ਇਮਾਮ ਅਹਿਮਦ ਬਿਨ ਹੰਬਲ ਫਰਮਾਉਣ ਲੱਗੇ ਲੋਕਾਂ ਵਾਸਤੇ ਜਾਇਜ਼ ਹੋ ਸਕਦਾ, ਮਾਈ ਸਾਹਿਬਾ ਤੁਹਾਡੇ ਵਾਸਤੇ ਜਾਇਜ਼ ਨਹੀਂ। ਉਹਨਾਂ ਕਿਹਾ ਕਿਉਂ? ਫਰਮਾਇਆ ਦੀਨ ਤੁਹਾਡੇ ਘਰੋਂ ਚੱਲ ਕੇ ਆ ਰਿਹਾ, ਇਸ ਵਾਸਤੇ ਤੁਹਾਡੇ ਵਾਸਤੇ ਜਾਇਜ਼ ਨਹੀਂ। ਇਸਲਾਮ ਤਾਂ ਔਰਤ ਨੂੰ ਇਹ ਪਾਵਰ ਦਿੰਦਾ ਹੈ, ਇਸਲਾਮ ਤਾਂ ਇਹ ਕਰਦਾ। ਇਹ ਤਾਂ ਫਿਰ ਗੱਲ ਬੜੀ ਲੰਬੀ ਹੋ ਜਾਏ, ਮੌਜੂ ਹੋਰ ਹੋ ਜਾਣਾ। ਇਹਨਾਂ ਨੂੰ ਕੀ ਸਮਝਾਈਏ ਯਾਰ, ਇਹ ਕੌਮ ਉਹਨਾਂ ਕੋਲੋਂ ਗੋਲੀਆਂ ਖਾ ਕੇ, ਲਿੱਤਰ ਖਾ ਕੇ, ਸ਼ੈਲ ਖਾ ਕੇ, ਫਿਰ ਇਹ ਕਹਿੰਦੇ ਮੌਲਵੀ ਬੜੇ ਸਖਤ ਹੋਤੇ ਹੈ। ਮੈਂ ਕਿਹਾ ਆਪ ਨਰਮ ਹੈ ਨਾ, ਆਪ ਲੈ ਲੈ ਇਨਸਾਫ, ਆਪ ਬਾਤ ਕਰੇ ਉਨਸੇ, ਵੋ ਤੋ ਐਸੇ ਫਿਰ ਉਹਨੇ ਚਲਤੇ ਮਾਈਕ ਬੰਦ ਕਰ ਦਿੱਤੇ ਹੈ। ਔਰ ਇਸਲਾਮ ਤੋ ਵੋ ਹੈ ਕਿ ਹਜ਼ਰਤ ਫਾਰੂਕ ਆਜ਼ਮ ਖੜੇ ਹੋ ਕੇ ਕਹਿ ਰਹੇ ਹੋ ਕਿ ਤੁਮਨੇ ਫਜ਼ੂਲ ਖਰਚੀ ਸ਼ੁਰੂ ਕਰ ਦੀ ਹੈ, ਤੁਮਨੇ ਜਨਾਬ ਆਜ ਕੇ ਬਾਅਦ ਤੁਮਹਾਰਾ ਮੈਂ ਹੱਕ ਮਾਰ ਮੁਕਰਰ ਕਰ ਰਹਾ ਹੂੰ, ਤੋ ਇੱਕ ਖਾਤੂਨ ਖੜੀ ਹੋ ਜਾਏ, ਕਹੇ ਉਮਰ ਕੌਣ ਹੋਤਾ ਹੈ ਹਮਾਰੇ ਹੱਕ ਮਾਰ ਮੁਕਰਰ ਕਰਨੇ ਵਾਲਾ, ਅੱਲਾਹ ਔਰ ਉਸਕੇ ਰਸੂਲ ਨੇ ਕੁਰਾਨ ਮੇਂ ਹਮੇਂ ਸੋਨੇ ਔਰ ਚਾਂਦੀ ਕੇ ਢੇਰ ਦੀਏ ਹੈਂ। ਤੋ ਹਜ਼ਰਤ ਫਾਰੂਕ ਆਜ਼ਮ ਜੇ ਨਾ ਕਹੇ ਕਿ ਔਰਤ ਤੂੰ ਕੌਣ ਹੈ ਬਾਤ ਕਰਨੇ ਵਾਲੀ, ਫਰਮਾਇਆ ਅਫਤਾ ਉਮਰ ਹੋਏ ਸਾਬਤ ਇਮਰਾਤੁਨ, ਉਮਰ ਨੇ ਦੂਸਰੀ ਬਾਤ ਕੀ, ਔਰਤ ਨੇ ਠੀਕ ਬਾਤ ਕਰਤੇ ਹੋਏ ਹਜ਼ਰਤ ਫਾਰੂਕ ਆਜ਼ਮ ਬੈਠ ਗਏ। ਇਹ ਹੈ ਇਸਲਾਮ ਦੀ ਹੁਕਮਰਾਨੀ, ਔਰਤ ਆ ਕੇ ਬਾਤ ਕਰੇ ਔਰ 36 ਲੱਖ ਮੁਰੱਬਾ ਮੀਲ ਦਾ ਹਾਕਮ ਹੋਵੇ ਔਰ ਤਰਜਮਾਨੇ ਨਬੀ ਹਮ ਜ਼ੁਬਾਨੇ ਨਬੀ ਹੋਵੇ, ਹਾਂਜੀ ਫਾਰਕ ਇਹ ਹੱਕ ਬਾਤਿਲ ਹੋਵੇ ਔਰ ਫਾਰੂਕ ਆਜ਼ਮ ਹੋਣ, ਉਹ ਗੱਲ ਸੁਣ ਕੇ ਇਹ ਨਾ ਕਹਿਣ ਕਿ ਔਰਤ ਕੌਣ ਹੋਤੀ ਹੈ ਬਾਤ ਕਰਨੇ ਵਾਲੀ, ਯਹਾਂ ਬੱਚੀ ਆਪਣਾ ਮੁੱਦਾ ਬਿਆਨ ਕਰ ਰਹੀ ਹੈ ਉਹ ਪਕੜ ਕੇ ਸਪੀਕਰ ਬੰਦ ਕਰ ਦਿੰਦੇ, ਇਹ ਬੋਲਣ ਦੀ ਇਜਾਜ਼ਤ ਕੋਈ ਨਹੀਂ ਦੇ ਸਕਦਾ, ਇਹ ਇਸਲਾਮ ਦੇ ਸਕਦਾ, ਇਹ ਕਿਆਮਤ ਤੱਕ ਇਸਲਾਮ ਦੇ ਸਕਦਾ, ਹੈਂਜੀ ਇੱਕ ਨਿਜ਼ਾਮ ਇਸਲਾਮ ਦੇ ਸਕਦਾ। ਇਹ ਤਾਂ ਫਿਰਾਉਨ, ਇਹਨਾਂ ਦਾ ਜਨਾਬ ਬਾਦਸ਼ਾਹੀ ਔਰ ਜਾਗੀਰੀ ਬਣਾਈ ਹੋਈ, ਆਪਣੇ ਪਿਓ ਦੀ ਸਾਰਾ ਕੁਝ ਸਮਝਾਇਆ, ਜ਼ਰਾ ਕੋਈ ਚਾਬੀ ਟੈਟ ਹੋਏਗੀ ਤੇ ਜਾ ਕੇ ਲੰਡਨ ਬਹਿ ਜਾਣਗੇ, ਉਹ ਤੁਹਾਡੇ ਤੇ ਮੇਰੇ ਪਿਓ ਦਾਦੇ ਦੀਆਂ ਕਬਰਾਂ ਇੱਥੇ ਹਨ, ਮਾਰ ਅਸੀਂ ਇੱਥੇ ਜਾਣਾ, ਅਸੀਂ ਕੌਮ ਨੂੰ ਸਮਝਾ ਸਮਝਾ ਕੇ ਮਰ ਗਏ ਹਾਂ,
ਜਾਬਰ ਹਨ ਇਹਨਾਂ ਦਾ ਕੀ ਹੈ ਇਹਨਾਂ ਨਸ ਜਾਣਾ ਬਾਹਰ ਕਿਸੇ ਦੇ ਜਹਾਜ਼ ਤਿਆਰ ਖੜੇ ਨੇ ਕਿਸੇ ਦਾ ਤਿਆਰ ਖੜਿਆ ਪਾਕਿਸਤਾਨ ਨੂੰ ਅੱਲਾ ਹਰ ਪੂਰੇ ਵਕਤ ਤੋਂ ਬਚਾਏ ਲੇਕਿਨ ਇਹ ਸਾਰੇ ਤਿਆਰ ਖੜੇ ਨੇ ਬਾਹਰ ਨਸਲ ਵਾਸਤੇ ਤੁਸਾਂ ਤੇ ਮੈਂ ਰਹਿ ਜਾਣਾ ਅੱਜ ਵੀ ਮੌਕਾ ਆ ਕੇ ਆ ਜਾਓ ਆਪਣੇ ਵਤਨ ਦੀ ਖੁਦ ਇਬਾਦਤ ਕਰੀਏ ਇਕਬਾਲ ਕਹਿੰਦਾ ਫਰਿਆਦ ਸੇ ਦਿਲੋਂ ਪਰ ਅਵੇਜ਼ੀ ਔਰ ਫਰੰਗ ਫਰਿਆਦ ਸੇ ਸ਼ੀਰੀਨੀਓ ਪਰਵੇਜ਼ੀ ਔਰ ਫਰੰਗ ਆਲਮ ਹਵਾਸ ਵੀਰਾਨਾ ਚੰਗੇਜ਼ ਯਾ ਰਮ ਮਹਿਮਾਰ ਹਰਮ ਬਾਦ ਬਤਾਮੀਰ ਜਹਾਂ ਖੇਜ਼ ਅਸਖਾਬੇ ਕਰਾਂ ਖਾਬੇ ਕਰਾਂ ਖਾਬੇ ਕਰਾਂ ਖੇਜ਼ ਬਾਲ ਕਹਿੰਦਾ ਖੜਾ ਹੋਏ ਤੈਨੂੰ ਇਹਨਾਂ ਕਫਨ ਚੋਰਾਂ ਕੋਲੋਂ ਉਮੀਦ ਹੈ ਇਹਨਾਂ ਯੂਰਪੀਅਨ ਯੂਨੀਅਨ ਦੇ ਗੁਲਾਮਾਂ ਔਰ ਜਨਾਬ IMF ਦੇ ਗੁਲਾਮਾਂ ਕੋਲੋਂ ਉਮੀਦ ਹੈ ਕਿ ਇਹ ਤੇਰੀ ਇਬਾਦਤ ਕਰਨਗੇ ਬਾਲ ਕਹਿੰਦਾ ਤਾਂ ਤੇਰਾ ਕਫਨ ਲਾ ਕੇ ਵੀ ਵੇਖ ਜਾਣਗੇ ਮਹਿਮਾਰ ਹਰਮ ਬਾਦ ਬਤਾਮੀਰ ਜਹਾਂ ਖੇਜ਼ ਅਸਖਾਬੇ ਕਰਾਂ ਖਾਬੇ ਕਰਾਂ ਖਾਬੇ ਕਰਾਂ ਖੇਜ਼ ਬਾਲ ਕਹਿੰਦਾ ਖੜਾ ਹੋਏ ਮੁਸਲਿਆ ਖੁਦ ਆਪਣੇ ਲਾ ਇਲਾਹ ਇਲੱਲਾ ਦੀ ਹਿਫਾਜ਼ਤ ਕਰ ਖੁਦ ਆਪਣੇ ਵਤਨ ਦੀ ਹਿਫਾਜ਼ਤ ਕਰ ਆਪਣੇ ਦੀਨ ਦੀ ਹਿਫਾਜ਼ਤ ਕਰ ਔਰ ਇਬਾਦਤ ਕਿਸ ਤਰ੍ਹਾਂ ਕਰ ਇਬਾਦਤ ਇਸ ਤਰ੍ਹਾਂ ਕਰ ਜਿਸ ਤਰ੍ਹਾਂ ਖਾਲਿਦ ਬਿਨ ਵਲੀਦ ਨੇ ਕੀਤੀ ਜਿਸ ਤਰ੍ਹਾਂ ਸਲਾਹਉਦੀਨ ਅਯੂਬੀ ਨੇ ਕੀਤੀ ਜਿਤਨਾ ਜਿਸ ਤਰ੍ਹਾਂ ਰੁਕਨਉਦੀਨ ਬੈਬਰਸ ਨੇ ਕੀਤੀ ਔਰ ਜਿਸ ਤਰ੍ਹਾਂ ਇਹੀ ਤਰਤੀਬ ਨਾਲ ਚਲਦੇ ਹੋਏ ਅਮੀਰੁਲ ਮੁਜਾਹਿਦੀਨ ਨੇ ਕੀਤੀ ਭਾਈ ਇਹ ਤਾਂ ਕੌਮ ਦੇ ਚੋਰ ਹਨ ਕੌਮ ਸਮਝ ਨਹੀਂ ਆਈ ਹੋ ਜੀ ਨਵਾਜ਼ ਸ਼ਰੀਫ ਜ਼ਿੰਦਾਬਾਦ ਤੇ ਫਲਾਂ ਚੀਜ਼ ਜ਼ਿੰਦਾਬਾਦ ਤੇ ਫਲਾਂ ਜ਼ਿੰਦਾਬਾਦ ਮੈਂ ਕਹੋ ਇਹ ਕੋਈ ਜ਼ਿੰਦਾਬਾਦ ਨਹੀਂ ਇੱਕੋ ਹੀ ਕਾਇਨਾਤ ਜ਼ਿੰਦਾਬਾਦ ਹੈ ਉਹ ਤਾਜਦਾਰ ਹੈ ਖਤਮੇ ਨਬੂਵਤ ਜ਼ਿੰਦਾਬਾਦ ਬਾਕੀ ਸਭ ਜੋ ਕੁਝ ਹਜ਼ੂਰ ਦੇ ਨਿਜ਼ਾਮ ਤੋਂ ਹਟ ਕੇ ਆਵੇ ਬਾਤਲ ਆਵੇ ਉਹ ਸਭ ਮੁਰਦਾਬਾਦ ਹੋ ਸਕਦਾ ਜ਼ਿੰਦਾਬਾਦ ਨਹੀਂ ਹੋ ਸਕਦਾ 76 ਸਾਲ ਹੋ ਗਏ ਆ 70 ਹੋ ਗਏ ਬੰਦੇ 70 ਸਾਲ ਹੋ ਗਏ ਕੌਮ ਦੇ ਜਨਾਬ ਕੱਪੜੇ ਵੀ ਉਤਰਵਾ ਦਿੱਤੇ ਹੁਣ ਲੋਕਾਂ ਨੂੰ ਤਕਲੀਫ ਚੁਰਾਣੀ ਮੌਲਵੀ ਸਾਹਿਬ ਸਿਆਸੀ ਗੱਲ ਕਰ ਰਹੇ ਬਈ ਕਿਸ ਦੀ ਗੱਲ ਕਰੀਏ ਸਿਆਸਤ ਦੀ ਨਾ ਗੱਲ ਕਰੀਏ ਨਿਜ਼ਾਮ ਦੀ ਗੱਲ ਨਾ ਕਰੀਏ ਤੁਹਾਨੂੰ ਗੋਲੀਆਂ ਨਾ ਬਣਵਾਉਂਦੇ ਰਹੀਏ ਠੀਕ ਹੈ ਠੀਕ ਹੈ ਜੀ ਕੌਮ ਦੀਆਂ ਧੀਆਂ ਦੇ ਜਨਾਬ ਸਾਰੇ ਦੁੱਧ ਜਨਾਬ ਫੀਡਰ ਨਾ ਮਿਲੇ ਔਰ ਉਹਨਾਂ ਦੇ ਕੁੱਤੇ ਵੀ ਜਨਾਬ ਬਾਹਰੋਂ ਇੰਪੋਰਟੈਂਟ ਖੁਰਾਕ ਖਾਣੇ ਠੀਕ ਹੈ ਜੀ ਕੌਮ ਦੇ ਜਨਾਬ ਧੀਆਂ ਆਪਣੀ ਖੁਦਕੁਸ਼ੀਆਂ ਨਹਿਰਾਂ ਵਿੱਚ ਮਾਰਦੀਆਂ ਰਹਿਣ ਔਰ ਭੁੱਖ ਦੀ ਵਜ੍ਹਾ ਨਾਲ ਔਰ ਕੌਮ ਬਿਜਲੀ ਦੇ ਬਿੱਲਾਂ ਦੇ ਅੰਦਰ ਤਪ ਕੇ ਆਪਣੇ ਬੱਚਿਆਂ ਨੂੰ ਵੀ ਜਨਾਬ ਫਰੋਖ ਕਰਨ ਤੇ ਤਿਆਰ ਹੋ ਜਾਏ ਲੇਕਿਨ ਮੌਲਵੀ ਸਾਹਿਬ ਗੱਲ ਨਾ ਕਰਨ ਇਸ ਵਾਸਤੇ ਮੌਲਵੀ ਸਾਹਿਬ ਸਿੱਧਾ ਸਿੱਧਾ ਦੀਨ ਬਿਆਨ ਕਰੋ ਮੈਂ ਕਹੋ ਇਹ ਮੈਨੂੰ ਇਹ ਦੱਸ ਕਿ ਹਜ਼ੂਰ ਦਾ ਬਦਰ ਜਾਣਾ ਇਹ ਦੀਨ ਨਹੀਂ ਹਜ਼ੂਰ ਦਾ ਉਹਦੇ ਜਾਣਾ ਇਹ ਦੀਨ ਨਹੀਂ حضرت جناب سیدنا صدیق اکبر دا بارے خلافت اٹھا کے پہلا خطبہ دینا دین نہیں میں سناواں خطبہ کی اے ایدہ میں بکواس کر دیں جناب اے اشرافیہ پال کے رکھیا اشرافیہ در اشرافیہ اشرافیہ در اشرافیہ اشرافیہ در اشرافیہ ایک دوسرے دے اوتے پال کے رکھے ہوئے او تسی ایک کول جاؤ گے ایس ایچ او کول جاؤ گے او کہے نہیں ڈی ایس پی کردا ڈی ایس پی نہیں ایس پی کردا ایس پی اور ڈی آئی جی کردا ایس ایس پی کردا آپریشن کردا آئی جی کردا اس تو اوتے جاؤ گے جلسے شروع ہو جان گے رینجر شروع ہو جائے گی پھر جناب اوتے چلے جاؤ گے ہور شراب ہور جناب پھر چیف جسٹس شروع ہو جائے گا میں کہ اتنا نظام موجود ہے انصاف ایک بندے کول بھی کوئی نہیں اتنا جناب کرو فر موجود ہے جس نو دیکھو جناب اتنا پولیس والا ہوے اس نو بھی انصاف موجود نہیں عوام ہوے اس نو بھی انصاف نہیں غریب ہوے اس نو بھی انصاف نہیں تسا کرنا کی ہے ملک دے نال جناب ہر ایک نو پیس کے طالب علم مر جاوے انہاں دا پرسانے حال کوئی نہیں کسان مر جان انہاں دا پرسانے حال کوئی نہیں مزدور مر جائے انہاں دا پرسانے حال کوئی نہیں باپ دا ملازم مر جائے انہاں دا پرسانے حال کوئی نہیں اپنا ہاتھ منگن واسطے نبی نے جناب بیٹھ جان کی مال روڈ دے اوتے انہاں نو ڈنڈے مارے جان آخر تسی کرنا کی جاندے ہو کی جاندے ہو کہ ملک ختم ہو جائے اس ملک کے اندر اپنی حق دی آواز واسطے کوئی نہ کھڑا ہوئے اگر تحریک لبیک کوئی حق نہیں کہ ناموس رسالت اور ختم نبوت دی ریلی کراچی نہیں کٹ سکتی تو قوم خوش نہ ہوئے انہاں دی دھیاں نال زیادتی ہوئے گی تو انہاں نوں بھی روڈ تے آن کوئی نہیں دیندا وہ گولیاں مارن گے اگوں اس دا طریقہ کار یہ کہ میرے ہاتھ میں تھا جب تک میرے مصطفیٰ کا دامن میرے پاؤں چومتی تھی یہی گردش زمانہ آج بھی موقع حضور دے دین دی طرف واپس آ جا آج بھی موقع کہ حضور دے غلاماں دے نال کھڑے ہو جاؤ کل نہیں اے تو تانوں کلے کلے کر کے سارے نو مار دین گے او تے چاہندے ہیں کہ جناب انہاں نے اے مسٹر اے بیٹھے ہیں اے اس شکل دا تے اس شکل دا انہاں نے تعارف رکھیا جی اے تے مولوی ہیں اے جناب مسٹر ہیں ایتھے مسٹر مولا دی گل نہیں ایتھے حضور دی غلامی دی گل ایتھے مسٹر اور مولا دی ਇੱਥੇ ਹਜ਼ੂਰ ਦੀ ਗੁਲਾਮੀ ਦੀ ਗੱਲ ਹੈ ਪੈਂਟ ਸ਼ਰਟ ਵਿੱਚ ਨਹੀਂ ਕੋਈ ਖੜਾ ਹੋਵੇ ਹਾਂਜੀ ਅਗਰ ਇਹ ਗੱਲ ਹੁੰਦੀ ਤਾਂ ਚਿੱਟੀ ਦਾੜੀ ਹਾਂਜੀ ਪੀਰ ਜਮਾਤ ਅਲੀ ਸ਼ਾਹ ਸਾਹਿਬ ਦੀ ਸੀ ਔਰ ਜਿਹੜਾ ਮੰਜੀ ਤੇ ਲੇਟਿਆ ਸੀ ਉਹ ਇਲਮੁਦੀਨ ਸੀ ਤਰਖਾਣਾ ਦਾ ਪੁੱਤਰ ਇਸਲਾਮ ਇਹ ਮਿਟਾ ਦਿੰਦਾ ਵਰਨਾ ਤਾਂ ਵਰਦੀ ਪਾਇਆ ਹੋਇਆ ਮੁਮਤਾਜ਼ ਕਾਦਰੀ ਸੀ ਤੇ ਵਕਤ ਦਾ ਸ਼ੇਖ ਉਲ ਹਦੀਸ ਆਪਣੀ ਪਗੜੀ ਲਾ ਕੇ ਉਸਦੇ ਕਦਮਾਂ 'ਚ ਦੇ ਰਿਹਾ ਸੀ ਗੱਲ ਵਿੱਚ ਹੋਰ ਹੈ La paix, la paix, ya Rasoul Allah, la paix, la paix, la paix, ya Rasoul Allah, la paix, la paix, la paix, ya Rasoul Allah, la paix, la paix, la paix, ya Rasoul Allah, la paix, la paix, la paix, ya Rasoul Allah, la paix, la paix, la paix, ya Rasoul Allah, la paix, la paix, la paix, ya Rasoul Allah, la paix, la paix, la paix, ya Rasoul Allah, la paix, la paix, la paix, ya Rasoul Allah, la paix, la paix, la paix, ya Rasoul Allah, la paix, la paix, la paix, ya Rasoul Allah, la paix, la paix, la paix, ya Rasoul Allah, la paix, la paix, la paix, ya Rasoul Allah, la paix, la paix, la paix, ya Rasoul Allah, la paix, la paix, la paix, ya Rasoul Allah, la paix, la paix, la paix, ya Rasoul Allah, la paix, la paix, la paix, ya Rasoul
لبیک یا رسول اللہ لبیک تھا گیا ہوں بھائی